ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਗਿਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਜਨਾਬ ਮੈਂ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਅਤੇ ਬੜਾ ਮਸ਼ਕੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਅਤੇ ਬੜੀ ਚਾਹਤ ਦੇ ਨਾਲ ਅਤੇ ਬੜੇ ਪਿਆਰ ਦੇ ਨਾਲ ਜਨਾਬ ਵੇਖਦੇ ਨੇ ਅਤੇ ਦੋਸਤਾਂ ਨਾਲ ਜਨਾਬ ਲਾਈਕ ਸ਼ੇਅਰ ਵੀ ਕਰਦੇ ਨੇ ਅਤੇ ਮੇਰੇ ਚੈਨਲ ਨੂੰ ਜਨਾਬ ਸਬਸਕ੍ਰਾਈਬ ਵੀ ਕਰਦੇ ਨੇ ਦੋਸਤੋ ਮੇਰੇ ਭਰਾਵੋ। ਕਿ ਡੰਗਰਾਂ ਦੀ ਵੀਡੀਓ ਤਾਂ ਡੇਲੀ ਪਾਈ ਦੀ ਏ, ਮੈਂ ਕਿਹਾ ਯਾਰ ਅੱਜ ਡੰਗਰਾਂ ਦੀ ਵੀਡੀਓ ਦੀ ਛੁੱਟੀ ਕਰੀਏ ਅਤੇ ਅੱਜ ਕਰੋਨਾ ਵਾਇਰਸ ਦੇ ਬਾਰੇ ਕੋਈ ਕਹਿੰਦਾ ਕੀ ਕਰਨਾ ਚਾਹੀਦਾ, ਕੋਈ ਕਹਿੰਦਾ ਕੀ ਕਰਨਾ ਚਾਹੀਦਾ, ਲੇਕਿਨ ਸਾਡਾ ਮੁਸਲਮਾਨਾਂ ਦਾ ਇਹ ਅਕੀਦਾ ਹੋਣਾ ਚਾਹੀਦਾ ਔਰ ਇਸ ਗੱਲ ਦੀ ਤਵੱਕੋ ਹੋਣੀ ਚਾਹੀਦੀ ਹੈ, ਸਾਡਾ ਈਮਾਨ ਹੋਣਾ ਚਾਹੀਦਾ ਪੁਖਤਾ ਕਿ ਇਹ ਅੱਲਾਹ ਤਾਲਾ ਦੀ ਤਰਫੋਂ ਜਨਾਬ ਆਈ ਏ ਅਤੇ ਅੱਲਾਹ ਤਾਲਾ ਦੀ ਤਰਫੋਂ ਇਹ ਜਾਵੇਗੀ ਇਨਸ਼ਾਅੱਲਾ। ਬਾਕੀ ਅੱਲਾਹ ਤਾਲਾ ਦੀ ਤਰਫੋਂ ਇਹ ਆਈ ਏ ਅਤੇ ਅੱਲਾਹ ਤਾਲਾ ਦੀ ਤਰਫੋਂ ਇਹਨੇ ਜਾਣਾ ਹੈ। ਬਾਕੀ ਸਾਡੀਆਂ ਕੋਸ਼ਿਸ਼ਾਂ ਨੇ, ਮਿਹਨਤਾਂ ਨੇ ਕਿ ਅਸੀਂ ਜਨਾਬ ਪੰਜ ਟਾਈਮ ਬਾ ਵਜ਼ੂ ਨਮਾਜ਼ ਪੜ੍ਹੀਏ, ਇਹ ਸਾਡੇ 'ਤੇ ਜਨਾਬ ਸਾਡੀਆਂ ਹੀ ਸ਼ਾਮਤਾਂ ਨੇ ਅਤੇ ਸਾਡੇ 'ਤੇ ਸਾਡੀ ਵਜ੍ਹਾ ਤੋਂ ਇਹ ਸਵਾਲ ਆਇਆ ਹੈ। ਪਹਿਲੇ ਕਦੇ ਤੁਸੀਂ ਸੁਣਿਆ ਸੀ ਕਰੋਨਾ ਵਾਇਰਸ, ਇਹ ਹੁਣ ਹੀ ਜਨਾਬ ਕਰੋਨਾ ਵਾਇਰਸ ਆ ਗਈ ਏ ਅਤੇ ਇਹ ਸਾਰੇ ਮੇਰੇ ਭਰਾਵਾਂ ਦਾ ਦੋਸਤਾਂ ਦਾ ਅਕੀਦਾ ਔਰ ਮੁਹੱਬਤ ਦੇ ਨਾਲ ਅਮਾਨ ਇਹ ਹੋਣਾ ਚਾਹੀਦਾ ਕਿ ਅੱਲਾਹ ਤਾਲਾ ਦੇ ਹੁਕਮ ਨਾਲ ਹੀ ਆਈਏ ਅਤੇ ਅੱਲਾਹ ਤਾਲਾ ਦੇ ਹੁਕਮ ਨਾਲ ਇਹ ਜਾਣੀ ਹੈ, ਇਹ ਕਿਸੇ ਬੰਦੇ ਦਾ ਵੱਸ ਨਹੀਂ ਹੈ। ਅਤੇ ਸਾਰੇ ਜਨਾਬ ਮੇਰੇ ਭਾਈ ਤੌਬਾ ਤੈਬ ਹੋਵੋ, ਮੁਸਲਮਾਨ ਅਸੀਂ ਜਿੰਨੇ ਵੀ ਜਿੱਥੋਂ ਵੀ ਮੇਰੇ ਆਵਾਜ਼ ਜਾ ਰਹੀ ਹੈ ਔਰ ਜਿੰਨੇ ਮੇਰੇ ਚੈਨਲ ਨੂੰ ਵੇਖਦੇ ਨੇ ਜਨਾਬ, ਸਾਰੇ ਜਨਾਬ ਤੌਬਾ ਕਰੀਏ ਮੁਸਲਮਾਨ ਅਤੇ ਨਮਾਜ਼ਾਂ ਪੜ੍ਹੀਏ ਅਤੇ ਕੁਰਾਨ ਪਾਕ ਪੜ੍ਹੀਏ ਜਨਾਬ, ਅਤੇ ਕਿਸੇ ਕਿਸਮ ਦੀ ਕਿਸੇ ਨਾਲ ਜ਼ਿਆਦਤੀ ਨਹੀਂ ਹੋਣੀ ਚਾਹੀਦੀ। ਇਹ ਸਾਡੀਆਂ ਸਾਡੇ ਗੁਨਾਹ ਨੇ ਜਨਾਬ, ਸਾਡੀਆਂ ਸ਼ਾਮਤਾਂ ਨੇ ਜਿਹੜੀਆਂ ਸਾਡੇ ਅੱਗੇ ਆ ਰਹੀਆਂ ਨੇ ਕਿ ਵੇਖੋ ਨਾ 100 ਅਤੇ ਪਤਾ ਨਹੀਂ ਕਿੰਨੇ ਮੁਲਕਾਂ 'ਚ ਅੱਲਾਹ ਤਾਲਾ ਕਮੀ ਪੇਸ਼ੀ ਮਾਫ਼ ਕਰੇ ਕਿ ਮੂੰਹ ਗਲਤ ਗੱਲ ਦਾ ਨਾ ਨਿਕਲੇ। 100 ਅਤੇ ਮੇਰਾ 43-44 ਮੁਲਕਾਂ ਦੇ ਵਿੱਚ ਇਹ ਤਕਰੀਬਨ ਵਾਇਰਸ ਜਿਹੜੀ ਇਹ ਫੈਲ ਚੁੱਕੀ ਏ ਅਤੇ ਅੱਲਾਹ ਤਾਲਾ ਜਨਾਬ ਸਾਡੇ ਮੁਸਲਮਾਨਾਂ 'ਤੇ ਫਜ਼ਲ ਕਰੇ ਔਰ ਕਰਮ ਕਰੇ ਅਤੇ ਅੱਲਾਹ ਤਾਲਾ ਸਾਡੇ ਸਾਰਿਆਂ ਦੇ ਜਨਾਬ ਭਰਾਵਾਂ 'ਤੇ ਮੁਸਲਮਾਨਾਂ 'ਤੇ ਜਿੰਨੇ ਮਮਾਲਕ ਨੇ ਮੇਰੇ ਭਾਈ ਵੀ ਉਹਨਾਂ 'ਤੇ ਅੱਲਾਹ ਤਾਲਾ ਖੈਰ ਕਰੇ ਅਤੇ ਰਹਿਮਤ ਕਰੇ ਅਤੇ ਅੱਲਾਹ ਤਾਲਾ ਜਨਾਬ ਸਾਨੂੰ ਮਾਫ਼ ਫਰਮਾ ਦੇਵੇ। ਇਹ ਸਾਡੇ ਗੁਨਾਹ ਨੇ ਜਨਾਬ, ਸਾਡੇ ਗੁਨਾਹਾਂ ਦੀ ਸਾਨੂੰ ਸਜ਼ਾ ਮਿਲਦੀ ਪਈ ਏ ਅਤੇ ਜਨਾਬ ਸਾਰੇ ਭਰਾਵਾਂ ਨੂੰ ਮੇਰੀ ਰਿਕੁਐਸਟ ਏ ਕਿ ਜਨਾਬ 5 ਵਕਤ ਨਮਾਜ਼ ਬਾ ਵਜ਼ੂ ਰਹੋ ਔਰ ਕਿਸੇ ਨਾਲ ਕਿਸੇ ਕਿਸਮ ਦੀ ਜ਼ਿਆਦਤੀ ਨਾ ਕਰੋ। ਕੋਸ਼ਿਸ਼ ਕਰੋ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਮੁਸਲਮਾਨ ਦਾ ਦੋਸਤ ਭਰਾ ਦਾ ਕਿ ਦਿਲ ਨਾ ਦੁਖੇ। ਸਭ ਤੋਂ ਪਹਿਲਾਂ ਕਿ ਕਿਸੇ ਦਾ ਕੋਈ ਬੰਦਾ ਨਾਰਾਜ਼ ਹੋ ਗਿਆ ਤਾਂ ਸਮਝੋ ਅੱਲਾਹ ਪਾਕ ਨਾਰਾਜ਼ ਹੋ ਗਿਆ। ਇਹ ਜਨਾਬ ਮੇਰੀ ਅੱਜ ਇੰਨੀ ਕੁ ਗੱਲ ਸੀ ਜਨਾਬ, ਅਤੇ ਮੇਰੀ ਇੱਕ ਰਿਕੁਐਸਟ ਹੈ। ਇਸੇ ਵਾਸਤੇ ਮੈਂ ਕੋਈ ਜਾਨਵਰਾਂ ਦੀ ਵੀਡੀਓ ਅੱਜ ਅਪਲੋਡ ਨਹੀਂ ਕੀਤੀ, ਇਹੋ ਹੀ ਵੀਡੀਓ ਅਪਲੋਡ ਕੀਤੀ ਹੈ ਕਿ ਮੈਂ ਕਿਹਾ ਯਾਰ 4 ਗੱਲਾਂ ਭਰਾਵਾਂ ਨਾਲ ਹੋ ਜਾਣ ਅਤੇ ਮੇਰੇ ਭਰਾ ਵੀ ਚਲੋ ਸਿੱਖ ਲੈਣੇ ਗੱਲਾਂ ਅਤੇ ਸਮਝ ਜਾਣ ਕਿ ਵਾਕਿਆ ਯਾਰ ਇਹ ਸਾਡੀਆਂ ਸ਼ਾਮਤਾਂ ਨੇ ਅਤੇ ਸਾਡੇ ਜਨਾਬ ਗੁਨਾਹ ਨੇ ਕਿ ਜਿਨ੍ਹਾਂ ਦੀ ਸਾਨੂੰ ਸਜ਼ਾ ਭੁਗਤਣੀ ਪੈ ਰਹੀ। ਵੇਖੋ ਨਾ ਅੱਗੇ ਕਦੇ ਤੁਸੀਂ ਆਪਾਂ ਇਹ ਕਰੋਨਾ ਵਾਇਰਸ ਦਾ ਨਾਮ ਤੱਕ ਨਹੀਂ ਸੁਣਿਆ ਸੀ, ਇਹ ਨਵੀਂ ਇੱਕ ਵਾਇਰਸ ਆ ਗਈ ਏ ਅਤੇ ਸਾਡੇ ਜਨਾਬ ਇੰਨੀ ਸਜ਼ਾ ਮਿਲਦੀ ਵੀ ਕਿ ਅਸੀਂ ਮਸੀਤੇ ਵੀ ਨਹੀਂ ਜਾ ਸਕਦੇ ਕਿ ਹਕੂਮਤ ਨੇ ਸਾਡੇ ਨੇ ਕਿਹਾ ਕਿ ਤੁਸੀਂ ਮਸੀਤੇ ਵੀ ਭਾਈ ਨਹੀਂ ਜਾਣਾ, ਬੰਦੇ ਇਕੱਠੇ ਹੋ ਕੇ ਬਹੋ ਜੀ, ਮਾਸਕ ਲਾਓ ਜੀ, ਇਹ ਕਰੋ ਜੀ, ਵੋ ਕਰੋ ਜੀ। ਲੇਕਿਨ ਮੇਰਾ ਇਹ ਪੁਖਤਾ ਇਮਾਨ ਹੈ, ਅਕੀਦਾ ਹੈ ਕਿ ਜਿਹੜੇ ਬੰਦੇ ਨੂੰ ਮਰਦ ਲੱਗਣੀ ਹੈ ਨਾ, ਉਹਦੀ ਹਿਫਾਜ਼ਤ ਕੀਤਾ ਉਹਨੂੰ ਕੋਈ ਫਾਇਦਾ ਨਹੀਂ, ਇਹ ਅੱਲਾਹ ਨੇ ਲਾਉਣੀ ਅਤੇ ਅੱਲਾਹ ਨੇ ਇਹਨੂੰ ਖਤਮ ਕਰਨਾ ਹੈ। ਅਗਰ ਅਸੀਂ ਕਿੰਨੀ ਮਰਜ਼ੀ ਹਿਫਾਜ਼ਤ ਕਰ ਲਾਂਗੇ, ਜੋ ਵੀ ਕਰਾਂਗੇ, ਜੋ ਅੱਲਾਹ ਤਾਲਾ ਦਾ ਹੁਕਮ ਹੈ ਉਹਨੂੰ ਕੋਈ ਟਾਲ ਨਹੀਂ ਸਕਦਾ। ਇਹ ਸਾਡਾ ਜਨਾਬ ਅਕੀਦਾ ਹੋਣਾ ਚਾਹੀਦਾ ਹੈ ਅਤੇ ਅਮਾਨ ਹੋਣਾ ਚਾਹੀਦਾ। ਜਨਾਬ ਮੈਂ ਉਮੀਦ ਕਰਨਾ ਕਿ ਇਹ ਅੱਜ ਵਾਲੀ ਮੇਰੀ ਵੀਡੀਓ ਦੋਸਤਾਂ ਨੂੰ ਬੜੀ ਪਸੰਦ ਆਵੇਗੀ। ਮੇਰੇ ਭਰਾ ਦੋਸਤ ਨੇ ਜਿਹੜੇ ਮੇਰੇ ਨਾਲ ਮੁਹੱਬਤ ਕਰਨ ਵਾਲੇ, ਉਹ ਇਹਨੂੰ ਲਾਈਕ ਵੀ ਵੀਡੀਓ ਕਰਨਗੇ, ਸ਼ੇਅਰ ਵੀ ਕਰਨਗੇ ਦੋਸਤਾਂ ਨਾਲ ਅਤੇ ਮੇਰੇ ਚੈਨਲ ਜਨਾਬ ਸਬਸਕ੍ਰਾਈਬ ਵੀ ਕਰਨਗੇ। ਆਪਣੇ ਜਨਾਬ ਇਸ ਮਦਰ ਹੁਸੈਨ ਟੀ ਵੀ ਨੂੰ ਦਿਓ ਇਜਾਜ਼ਤ। ਜਨਾਬ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ। ਇਹ ਜਨਾਬ ਇਨਸ਼ਾਅੱਲਾ ਤਾਲਾ ਤੁਹਾਨੂੰ ਪਸੰਦ ਵੀ ਆਏਗੀ ਵੀਡੀਓ, ਤੁਸੀਂ ਦੋਸਤਾਂ ਨਾਲ ਲਾਈਕ ਜ਼ਰੂਰ ਸ਼ੇਅਰ ਜ਼ਰੂਰ ਕਰਨੀ ਜਨਾਬ, ਤਾਂ ਕਿ ਮੇਰੀ ਅੱਜ ਵਾਲੇ ਵੀਡੀਓ ਤੋਹਫ਼ਾ ਤੁਹਾਨੂੰ ਪਸੰਦ ਆਵੇ ਜਨਾਬ।
ਤੇ ਇਨਸ਼ਾਅੱਲਾ ਤਾਲਾ ਇਹ ਮੇਰੀਆਂ ਚੰਦ ਗੱਲਾਂ ਸੀ। ਇਹ ਜਨਾਬ ਤੁਹਾਡੇ ਅਗਰ ਜੇ ਪਸੰਦ ਆਉਣ ਤਾਂ ਤੁਸੀਂ ਮੈਨੂੰ ਕਮੈਂਟ ਦਾ ਜ਼ਰੂਰ ਜਵਾਬ ਦੇਣਾ। ਅਤੇ ਮਾਸ਼ਾਅੱਲਾ ਮਦਰ ਭਾਈ ਤੋਂ ਅੱਛੀਆਂ ਗੱਲਾਂ ਕੀਤੀਆਂ ਨੇ ਜਾਂ ਮਾੜੀਆਂ ਕੀਤੀਆਂ ਨੇ ਜਨਾਬ, ਮੈਂ ਤਾਂ ਆਪਣੇ ਜਾਨੋ ਜਿੰਨੀ ਕੁ ਮੇਰੇ 'ਚ ਅਕਲ ਸੀ ਜਾਂ ਆਪਣੇ ਦਿਮਾਗ ਦੇ ਮੁਤਾਬਕ ਮੈਂ ਜਨਾਬ ਇਹ ਗੱਲ ਕਰ ਛੱਡੀਏ, ਜਿੰਨਾ ਕੁ ਮੈਂ ਅਕਲ ਰੱਖਣਾ, ਸ਼ਹੂਰ ਰੱਖਣਾ, ਕਿਉਂਕਿ ਹਰ ਬੰਦਾ ਆਪਣੇ ਦਿਮਾਗ ਨਾਲ ਗੱਲ ਕਰਦਾ ਜਿੰਨਾ ਉਹਦਾ ਦਿਮਾਗ ਹੋਵੇ। ਅਸਲਾਮੁਅਲੈਕਮ।